ਇਹਦੇ 'ਚ ਇੱਕ ਗੱਲ ਤਾਂ ਸੀ ਬੀ ਆਈ ਦੀ ਕਲੋਜ਼ਰ ਰਿਪੋਰਟ ਨੇ ਬੜਾ ਸਪਸ਼ਟ ਕੀਤਾ ਕਿ ਜੋ ਪੰਜਾਬ ਸਰਕਾਰ ਦੀ ਇਨਵੈਸਟੀਗੇਸ਼ਨ ਸੀ ਉਹ ਸਾਰੀ ਸਾਰਾ ਕੁਛ ਉਹਨਾਂ ਨੇ ਇਲੈਕਸ਼ਨ ਜਿੱਤਣ ਵਾਸਤੇ ਕਿ ਅਸੀਂ ਹੱਲ ਕਰਤਾ, ਅਸੀਂ ਫੜ ਲਏ, ਅਸੀਂ ਇਹ ਕੀਤਾ, ਕਿਉਂਕਿ ਸੀ ਬੀ ਆਈ ਨੇ ਬੜੇ ਪੁਆਇੰਟ ਬਾਈ ਪੁਆਇੰਟ ਜੋ ਪੰਜਾਬ ਸਰਕਾਰ ਨੇ ਕਿਹਾ ਸੀ, ਬੰਦੇ ਫੜੇ ਸੀ ਉਹਨਾਂ ਨੇ ਕਿਹਾ ਸੀ, ਪੁਆਇੰਟ ਬਾਈ ਪੁਆਇੰਟ ਉਹਨਾਂ ਨੇ ਕਿਹਾ ਕਿ ਇਹ ਸਾਰਾ ਗਲਤ ਸੀ। ਫਾਈਨਲ ਜੋ ਲੋਕ ਜਿਨ੍ਹਾਂ ਨੇ ਗੁਣਾ ਕੀਤਾ ਉਹਨਾਂ ਨੂੰ ਜ਼ਰੂਰ ਫੜ, ਪਰ ਪੰਜਾਬ ਸਰਕਾਰ ਕੋਲ ਵਿਜੇ ਪ੍ਰਤਾਪ ਦੇ ਬਹੁਤ ਫੇਥ ਜਿਤਾ। ਜਿਹੜਾ ਇਨਸਾਨ ਕੋਈ ਤੁਸੀਂ ਹੁਣੀ ਪਿੱਛੇ ਜੇ ਦੇਖਿਆ ਹੋਣਾ ਕਿ ਚੀਫ ਜਸਟਿਸ ਆਫ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ ਵੀ ਉਹਦੀ ਕ੍ਰੈਡੀਬਿਲਟੀ 'ਤੇ ਸ਼ੱਕ ਕੀਤਾ, ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੇ ਵੀ ਉਹਨੂੰ ਡਿਸਕ੍ਰੈਡਿਟ ਕਰ ਦਿੱਤਾ। ਜਿਹੜਾ ਇੰਨਾ ਡਿਸਕ੍ਰੈਡਿਟਿਡ ਬੰਦਾ ਹੋਏ, ਜਿਹੜਾ ਇਕੱਲਾ ਸਰਕਾਰ ਦੇ ਕਹਿਣ 'ਤੇ ਗੱਲ ਕਰੇ, ਉਹ ਤਾਂ ਕੋਈ ਇਨਸਾਫ ਨਹੀਂ ਮਿਲਦਾ। ਜਦੋਂ ਆਪਣੀ ਸਰਕਾਰ ਸੀ ਮੈਂ ਕੀ ਕਹਿੰਦਾ ਸੀ ਕਿ ਪਾਕਿਸਤਾਨ ਨੈਰਕੋ ਟੈਰਰਿਜ਼ਮ ਫੈਲਾ ਰਿਹਾ ਅਤੇ ਆਹ ਕਾਂਗਰਸ ਦੇ ਮੁੱਖ ਮੰਤਰੀ ਅਤੇ ਕਾਂਗਰਸ ਲੀਡਰ ਕਹਿੰਦੇ ਸੀ ਨਹੀਂ ਨਹੀਂ ਜੀ ਐਵੇਂ ਮੰਨਿਆ ਜਾਂਦਾ। ਹੁਣ ਕਿਉਂ ਚੁੱਪ ਹੈ? ਹੁਣ ਕੈਪਟਨ ਸਾਹਿਬ ਕਿਉਂ ਚੁੱਪ ਹੈ? ਹੁਣ ਜਦੋਂ 500 ਕਿਲੋ ਪੰਜਾਬ 'ਚੋਂ ਲੱਗ ਗਈ ਕਿਉਂ ਚੁੱਪ ਹੈ? ਕਿਉਂ ਹੁਣ ਕਹਿ ਰਹੇ ਹਾਂ ਕਿ ਸੈਂਟਰ ਦੀ ਸਰਕਾਰ ਕੀਤਾ ਜੀ? ਉਦੋਂ ਤਾਂ ਸਾਨੂੰ ਕਹਿੰਦੇ ਸੀ ਕਿ ਅਸੀਂ ਨਹੀਂ ਕਰਦੇ, ਹੁਣ ਕਿਉਂ ਨਹੀਂ ਕਰਦੇ? ਕਾਰਨ ਹੁਣ ਪ੍ਰੋਬਲਮ ਹੁਣ ਵੱਧ ਕਿਉਂ ਗਿਆ? ਡਰੱਗਸ ਕੋਈ ਇਹੋ ਜਿਹੀ ਚੀਜ਼ ਹੈ ਪਰ ਬਹੁਤ ਦੇਰੋਂ ਨਹੀਂ ਚੱਲ ਰਹੀ ਸੀ ਪਰ ਹੁਣ ਵੱਧ ਗਿਆ। ਕਾਰਨ ਹੈ ਕਿ ਹੁਣ ਸਰਕਾਰ ਨਹੀਂ ਹੈ, ਹੁਣ ਜਿਹੜੇ ਲੋਕਲ ਲੀਡਰ ਹੈ ਕਾਂਗਰਸ ਦੇ ਅਤੇ ਜਿਹੜੇ ਕਾਂਗਰਸ ਦੇ ਲੋਕਲ ਪੁਲਿਸ ਸਟੇਸ਼ਨਸ ਹੈ ਉਹਨਾਂ ਨਾਲ ਮੇਲ ਹੋ ਗਿਆ। ਜਿੰਨੇ ਤੁਸੀਂ ਦੇਖੋਗੇ ਆ ਡਰੱਗ ਸਮਗਲਰ ਹੈ ਉਹ ਸਾਰੇ ਉਹਨਾਂ ਨਾਲ ਮੰਤਰੀਆਂ ਸੈੱਟ ਹੋ ਗਈਆਂ, ਕਿਉਂਕਿ ਜਦੋਂ ਸਰਕਾਰ ਨਾਲ ਮਿਲ ਜੇ ਤਾਂ ਉਹ ਵਧੀਆ ਚੀਜ਼। ਆਪਣੇ ਟਾਈਮ ਕਿਤੇ 500-600 ਕਿਲੋ ਕਿਤੇ ਨਹੀਂ ਫੜੀ ਗਈ। ਐਸ ਟੀ ਐਫ ਕੀ ਹੈ? ਉਹ ਕਿਸੇ ਟਾਈਮ ਲਾਉਂਦੇ ਕਿਸ ਐਸ ਟੀ ਐਫ ਨੂੰ 2.5 ਸਾਲ ਹੋ ਗਏ, 2.5 ਸਾਲਾਂ 'ਚ ਵੱਧ ਗਿਆ। ਵਿਲ ਪਾਰ ਚਾਹੀਦੀ ਹੈ, ਮੁੱਖ ਮੰਤਰੀ ਦਾ ਵਿਲ ਪਾਰ ਚਾਹੀਦੀ ਹੈ। ਮੁੱਖ ਮੰਤਰੀ ਕੋਲ ਟਾਈਮ ਹੀ ਨਹੀਂ ਪੰਜਾਬ 'ਚ ਆ ਕੇ ਲੋਕਾਂ ਨੂੰ ਮਿਲ ਸਕਣ, ਪਤਾ ਕਰ ਸਕਣ ਕਿਹੜੇ ਪਿੰਡ 'ਚ ਕੀ ਹੋ ਰਿਹਾ, ਕਿਵੇਂ ਡਰੱਗਸ ਫੈਲ ਰਿਹਾ। ਮੁੱਖ ਮੰਤਰੀ ਨੇ ਕਿਤੇ ਪਤਾ ਨਹੀਂ ਕੀਤਾ। ਮੈਂ ਤੈਨੂੰ ਦਾਅਵੇ ਲੱਗਿਆ ਸੀ 250 ਸਾਲ ਹੋ ਗਏ, ਮੁੱਖ ਮੰਤਰੀ ਨੇ ਮੀਟਿੰਗ ਨਹੀਂ ਸੱਦੀ ਹੋਣੀ ਕਿ ਕਿੰਨੇ ਡਰੱਗਸ ਫੜੇ ਗਏ, ਕਿਹਨੇ ਫੜੇ ਆ, ਕਿਹੜਾ ਅਫਸਰ, ਕਿਹੜੇ ਅਫਸਰ ਚੰਗਾ ਕਿਹੜਾ ਮਾੜਾ। ਮੁੱਖ ਮੰਤਰੀ ਨੇ ਅੱਜ ਤੱਕ ਨਹੀਂ ਕੀਤੀ। ਤੁਸੀਂ ਸਰਕਾਰ ਹੈ ਉਹਨਾਂ ਦੀ, ਹੁਣ ਉਹਨਾਂ ਦੇ ਸਾਰੇ ਕਾਂਗਰਸ ਦੇ ਲੀਡਰ, ਤੁਸੀਂ ਕਿਸੇ ਬੱਚੇ ਨੂੰ ਪੁੱਛ ਲਓ ਕਿ ਸਾਰੀ ਪੈਟਰਨੇਜ ਇਹਨਾਂ ਦੇ ਲੋਕਲ ਲੀਡਰ ਕਰ ਰਹੇ ਹੈ। 532 ਕਿਲੋ ਵੀ ਉਹਦੇ ਪਾਰਟ ਹੈ ਜੀ? ਮੈਂ ਉਹਦੇ ਬਾਰੇ ਨਹੀਂ ਕਹਿ ਸਕਦਾ, ਇੰਨਾ ਇਨਵੈਸਟੀਗੇਸ਼ਨ ਕਰ ਲਈ ਹੈ। ਪਰ ਜਿਹੜੀ ਡਿਸਟ੍ਰੀਬਿਊਸ਼ਨ ਹੈ, ਜਿਹੜੀ ਇੰਨੀ ਵੱਡੀ ਖੁੱਲ੍ਹ ਜਦੋਂ ਉਦੋਂ ਹੁੰਦੀ ਹੈ ਜਦੋਂ ਫੋਰ ਐਗਜ਼ਾਮਪਲ ਜੇ ਇੱਥੇ ਟ੍ਰੈਫਿਕ ਪੁਲਿਸਮੈਨ ਨਾ ਹੋਏ ਤਾਂ ਟ੍ਰੈਫਿਕ ਵੱਧ ਜੂਗਾ, ਇਨਡਿਸਪਲਿਨ ਹੋ ਜੂਗਾ। ਜੇ ਪੁਲਿਸ ਰਹੂਗੀ ਪਰਫੈਕਟ ਰਹੂਗੀ ਔਰ ਸਾਰਾ ਸਿਸਟਮ ਹੋ ਜੂਗਾ। ਅੱਜ ਸਾਰਾ ਇਨਫੈਕਟਿਵ ਕਿਉਂ ਹੋ ਗਿਆ? ਕਿਉਂਕਿ ਥੱਲੇ ਸਾਰਾ ਕੁਛ ਪੂਰੀ ਪੇਟਰੇ ਚੱਲ ਰਹੀ। ਐਕਚੁਲੀ ਮੈਂ ਇਹ ਕਹਿਣਾ ਚਾਹੁੰਦਾ, ਉਹਨਾਂ ਨੂੰ ਜ਼ਿੰਦਗੀ 'ਚ ਬਹੁਤ ਵਧੀਆ ਮੌਕਾ ਸੀ। ਗੁਰੂ ਘਰ ਨੇ ਉਹਨਾਂ ਨੂੰ ਇੰਨਾ, ਅੱਜ ਇਸ ਪਵਿੱਤਰ ਧਰਤੀ ਨੇ, ਇਸ ਪਵਿੱਤਰ ਸ਼ਹਿਰ ਨੇ, ਜੋ ਅੱਜ ਨਵਜੋਤ ਸਿੰਘ ਸਿੱਧੂ ਹੈ ਇਸ ਪਵਿੱਤਰ ਸ਼ਹਿਰ ਕਰਕੇ, ਇਸ ਗੁਰੂ ਦੀ ਨਗਰੀ ਦੇ ਆਸ਼ੀਰਵਾਦ ਕਰਕੇ, ਪਰ ਉਹਨੇ ਇਸ ਪਵਿੱਤਰ ਨਗਰੀ ਵਾਸਤੇ ਕੁਛ ਨਹੀਂ ਕੀਤਾ। ਜਿਸ ਨਗਰੀ ਨੇ, ਜਿਸ ਪਵਿੱਤਰ ਸ਼ਹਿਰ ਨੇ ਉਹਨਾਂ ਨੂੰ ਐਡੀ ਸ਼ਾਨੋ ਸ਼ੌਕਤ ਦਿੱਤੀ, ਉਹਨਾਂ ਕੋਲ ਮਹਿਕਮਾ ਹੀ ਪਰਮਾਤਮਾ ਨੇ ਉਹੀ ਦਿੱਤਾ ਜਿਹੜਾ ਇਸ ਗੁਰੂ ਦੀ ਨਗਰੀ ਨੂੰ ਖੂਬਸੂਰਤ ਬਣਾ ਸਕਦਾ ਸੀ। ਪਰ ਅਫਸੋਸ ਕਿ ਆਪਣੇ ਡਰਾਮਿਆਂ ਤੋਂ ਬਗੈਰ ਐਡੀ ਇੰਨੀਆਂ ਸੋਹਣੀਆਂ ਚੀਜ਼ਾਂ ਬਣੀਆਂ ਸੀ ਸਾਰੀਆਂ ਹੀ ਤਬਾਹ ਕਰ ਦਿੱਤੀਆਂ। ਮੰਤਰੀ ਕੌਣ ਸੀ? ਨਵਜੋਤ ਸਿੱਧੂ 2.5 ਸਾਲ, ਅਤੇ ਅੱਜ ਹੁਣ ਮੰਤਰੀ ਨਹੀਂ ਹੈ ਤਾਂ ਹੁਣ ਯਾਦ ਆਉਂਦੀ ਹੈ। ਮੈਨੂੰ ਲੱਗਦਾ ਸਾਰਾ ਕੁਛ ਪਰਮਾਤਮਾ ਦੀ ਕਿਰਪਾ। ਕਰਨਾ ਸਾਹਿਬ ਇੱਕ ਅਲੱਗ ਨਗਰ ਕੀਰਤਨ ਕੱਢ ਰਹੇ ਨੇ, ਮੈਂ ਉਹਨਾਂ ਬਾਰੇ ਕੀ ਕਰਾਂ? ਆਈ ਐੱਸ ਆਈ ਦੇ ਏਜੰਟ ਉਹਦੇ ਬਾਰੇ ਕੀ ਕਰਾਂ?